ਸਵੇਰ ਤੋਂ ਹੀ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਜਿੱਥੇ ਕਿ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਸੀ ਅਤੇ ਲੋਕ ਵੱਧ ਚੜ੍ਹ ਕੇ ਵੋਟ ਪਾਉਣ ਪਹੁੰਚ ਰਹੇ ਸਨ। ਬੇਸ਼ੱਕ ਗਰਮੀ ਸੀ, ਗਰਮੀ ਦੇ ਚੱਲਦਿਆਂ ਵੀ ਵੱਖ ਵੱਖ ਥਾਵਾਂ 'ਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ, ਪਰ ਹੁਣ ਤੁਹਾਡੇ ਨਾਲ ਜਾਣਕਾਰੀ ਉਹ ਸਾਂਝੀ ਕਰਾਂਗੇ ਕਿ ਆਖਿਰ 3 ਵਜੇ ਤੱਕ ਕਿਹੜੀ ਜਗ੍ਹਾ 'ਤੇ ਕਿੰਨੇ ਫੀਸਦੀ ਵੋਟ ਪਈ ਹੈ ਅਤੇ 6 ਵਜੇ ਤੱਕ ਲਾਸਟ ਵੋਟਾਂ ਪੈਣੀਆਂ ਨੇ, 6 ਵਜੇ ਤੱਕ ਇਸ ਦਾ ਅੰਕੜਾ ਕਿੰਨਾ ਹੋਵੇਗਾ, ਇਸਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਆ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਸੀ ਜੋ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਇਹਨਾਂ ਦੇ ਵਿੱਚ ਜੇਕਰ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਦੀਆਂ 13 ਸੀਟਾਂ ਨਾਲੋਂ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਲੁਧਿਆਣਾ ਹਲਕੇ ਤੋਂ 43 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾਵਾਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ। ਪਰ ਜੇ ਹੁਣ ਇੱਥੇ ਫੀਸਦੀ ਦੀ ਗੱਲ ਕਰ ਲਈਏ ਕਿ ਆਖਿਰ ਦੁਪਹਿਰ 3 ਵਜੇ ਤੱਕ ਕਿੰਨੇ ਫੀਸਦੀ ਵੋਟ ਪਈ ਆ, ਤਾਂ ਆਓ ਤੁਹਾਨੂੰ ਉਹ ਵੀ ਜਾਣਕਾਰੀ ਦਿੰਦੇ ਹਾਂ। ਸਭ ਤੋਂ ਪਹਿਲਾਂ ਅਸੀਂ 3 ਵਜੇ ਤੱਕ ਦੀ ਗੱਲ ਕਰਦੇ ਹਾਂ ਤਾਂ ਆਤਮ ਨਗਰ ਦੇ ਵਿੱਚ 43 ਫੀਸਦੀ, ਦਾਖਾ ਦੇ ਵਿੱਚ 43.20 ਫੀਸਦੀ, ਗਿੱਲ ਦੇ ਵਿੱਚ 43 ਫੀਸਦੀ, ਜਗਰਾਉਂ ਦੇ ਵਿੱਚ 41.99 ਫੀਸਦੀ, ਲੁਧਿਆਣਾ ਸੈਂਟਰਲ ਦੇ ਵਿੱਚ 47.80 ਫੀਸਦੀ ਅਤੇ ਲੁਧਿਆਣਾ ਈਸਟ ਦੇ ਵਿੱਚ 47 ਫੀਸਦੀ, ਲੁਧਿਆਣਾ ਨੌਰਥ ਦੇ ਵਿੱਚ ਗੱਲ ਕਰੀਏ 46.99 ਫੀਸਦੀ, ਲੁਧਿਆਣਾ ਸਾਊਥ ਦੇ ਵਿੱਚ ਗੱਲ ਕਰੀਏ 40.75 ਫੀਸਦੀ, ਲੁਧਿਆਣਾ ਬੈਸਟ ਦੇ ਵਿੱਚ 40.30 ਫੀਸਦੀ ਜਿਹੜੀ ਆ ਵੋਟਿੰਗ ਹੋਈ ਆ। ਪਰ ਸਮਾਂ ਜਿਹੜਾ ਆ 6 ਵਜੇ ਤੱਕ ਦਾ ਰੱਖਿਆ ਗਿਆ ਅਤੇ ਹੋਰ ਕਿੰਨੇ ਫੀਸਦੀ ਵੋਟ ਵੱਧਦੀ ਆ ਇਹ ਵੀ ਦੇਖਣਾ ਹੋਵੇਗਾ। ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਥੋੜ੍ਹਾ ਸਮਾਂ ਪਿੱਛੇ ਲੈ ਚੱਲਦੇ ਹਾਂ, ਦੁਪਹਿਰ 1 ਵਜੇ ਤੱਕ ਕਿੰਨੇ ਫੀਸਦੀ ਵੋਟਿੰਗ ਹੋਈ ਸੀ। ਵਿਧਾਨ ਸਭਾ ਹਲਕਾ ਵੋਟ ਫੀਸਦੀ ਦੀ ਗੱਲ ਕਰਦੇ ਹਾਂ, ਆਤਮ ਨਗਰ ਦੇ ਵਿੱਚ 34 ਫੀਸਦੀ, ਗੱਲ ਕਰ ਲਈਏ ਤਾਂ ਦਾਖਾ ਦੇ ਵਿੱਚ 37.42 ਫੀਸਦੀ, ਗਿੱਲ ਦੇ ਵਿੱਚ 34 ਫੀਸਦੀ, ਜਗਰਾਉਂ ਦੇ ਵਿੱਚ 35.42 ਫੀਸਦੀ, ਲੁਧਿਆਣਾ ਸੈਂਟਰਲ ਦੇ ਵਿੱਚ 37.43 ਫੀਸਦੀ, ਲੁਧਿਆਣਾ ਈਸਟ ਦੇ ਵਿੱਚ 37 ਫੀਸਦੀ, ਲੁਧਿਆਣਾ ਨੌਰਥ ਦੇ ਵਿੱਚ 36.84 ਫੀਸਦੀ, ਲੁਧਿਆਣਾ ਸਾਊਥ ਦੇ ਵਿੱਚ ਗੱਲ ਕਰ ਲਈਏ ਤਾਂ 28.15 ਫੀਸਦੀ ਜਿਹੜੀ ਆ ਵੋਟਿੰਗ ਹੋਈ ਸੀ, ਤਾਂ ਇੱਥੇ ਲੁਧਿਆਣਾ ਵੈਸਟ ਦੇ ਵਿੱਚ 36.40 ਫੀਸਦੀ ਵੋਟਿੰਗ ਹੋਈ ਆ। ਇੱਥੇ ਹੁਣ ਸਭ ਤੋਂ ਦਿਲਚਸਪ ਤਾਂ ਗੱਲ ਦੇਖਣ ਵਾਲੀ ਇਹ ਆ ਕਿ ਇਸ ਤੋਂ ਪਹਿਲਾਂ ਜਿਹੜੀ ਆ ਫੀਸਦੀ ਬਹੁਤ ਜ਼ਿਆਦਾ ਘੱਟ ਸੀ, ਹੌਲੀ ਹੌਲੀ ਇਹ ਵੱਧ ਗਈ ਆ, ਪਰ ਇਸ ਵਾਰ ਲੋਕਾਂ ਦਾ ਰੁਝਾਨ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ, ਜਿੱਥੇ ਕਿ ਲੋਕ ਉੱਥੇ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ। ਬੇਸ਼ੱਕ ਗਰਮੀ ਆ, ਗਰਮੀ ਦੇ ਵਿੱਚ ਵੀ ਲੋਕ ਆਪਣੀ ਵੋਟ ਜਿਹੜੀ ਆ ਪਾ ਰਹੇ ਨੇ ਅਤੇ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਅਜਿਹਾ ਇਨਸਾਨ ਚਾਹੁੰਦੇ ਹਾਂ ਜੋ ਸਾਡੇ ਲਈ ਕੰਮ ਕਰੇ, ਜੋ ਸਾਡੇ ਰੁਕੇ ਹੋਏ ਕੰਮਾਂ ਨੂੰ ਅੱਗੇ ਲੈ ਕੇ ਜਾਵੇ। ਲਗਾਤਾਰ ਵੋਟਾਂ ਪੈ ਰਹੀਆਂ ਨੇ, ਵੋਟਾਂ ਦੇ ਚੱਲਦਿਆਂ ਲੋਕਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਐਜੂਕੇਸ਼ਨ ਨੂੰ ਮੂਹਰੇ ਰੱਖ ਰਿਹਾ, ਮਹਿੰਗਾਈ ਦੇ ਮੁੱਦਿਆਂ ਨੂੰ ਮੂਹਰੇ ਰੱਖ ਰਿਹਾ, ਜਿਸ ਨੂੰ ਲੈ ਕੇ ਅਸੀਂ ਵੋਟਿੰਗ ਕਰ ਰਿਹਾ। ਪਰ ਜੇ ਹੁਣ ਨਾਲ ਹੀ ਤੁਹਾਨੂੰ ਗੁਰਦਾਸਪੁਰ ਦੀ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਕਿੰਨੇ ਫੀਸਦੀ 3 ਵਜੇ ਤੱਕ ਵੋਟਾਂ ਪਈਆਂ ਨੇ, ਤਾਂ 3 ਵਜੇ ਤੱਕ ਪੰਜਾਬ ਦੀਆਂ 13 ਸੀਟਾਂ 'ਚੋਂ ਗੁਰਦਾਸਪੁਰ ਦੇ ਵਿੱਚ 49.10 ਫੀਸਦੀ ਸਭ ਤੋਂ ਵੱਧ ਵੋਟਿੰਗ ਹੋਈ ਆ, ਜਿੱਥੇ ਬਟਾਲਾ ਦੇ ਵਿੱਚ 7 'ਚ 44.42 ਫੀਸਦੀ, ਭੋਆ 2 ਦੇ ਵਿੱਚ 54.7
70 ਫੀਸਦੀ ਡੇਰਾ ਬਾਬਾ ਨਾਨਕ 'ਚ, ਯਾਨੀ ਕਿ ਡੇਰਾ ਬਾਬਾ ਨਾਨਕ 10 ਦੇ ਵਿੱਚ 51.10 ਫੀਸਦੀ ਰਹੀ ਆ, ਅਤੇ ਦੀਨਾ ਨਗਰ ਦੇ ਵਿੱਚ 50.70 ਫੀਸਦੀ ਰਹੀ ਆ, ਫਤਿਹਗੜ੍ਹ ਚੂੜੀਆਂ 9 ਦੇ ਵਿੱਚ 48.40 ਫੀਸਦੀ ਰਹੀ ਆ, ਅਤੇ ਗੁਰਦਾਸਪੁਰ 4 ਦੇ ਵਿੱਚ 41.74 ਫੀਸਦੀ, ਪਠਾਨਕੋਟ 'ਚ ਯਾਨੀ ਕਿ ਪਠਾਨਕੋਟ 3 ਦੇ ਵਿੱਚ 52.10 ਫੀਸਦੀ, ਕਾਦੀਆ ਦੇ ਵਿੱਚ 6 'ਚ ਅਤੇ 47.93 ਫੀਸਦੀ, ਅਤੇ ਸੁਜਾਨਪੁਰ 'ਚ 51.0 ਫੀਸਦੀ ਵੋਟਿੰਗ ਹੋਈ ਹੈ। ਇੱਥੇ ਲਗਾਤਾਰ ਜਿਹੜੀਆਂ ਵੋਟਿੰਗਾਂ ਹੋਈਆਂ ਨੇ ਉਹ ਕਿੰਨੇ ਫੀਸਦੀ ਹੋਈਆਂ ਨੇ, 3 ਵਜੇ ਤੱਕ ਤੁਹਾਨੂੰ ਉਸਦੇ ਨਤੀਜੇ ਦੱਸ ਰਿਹਾ ਕਿ ਕਿੰਨੇ ਵਜੇ ਤੱਕ ਕਿੰਨੀ ਫੀਸਦੀ ਵੋਟਿੰਗ ਜਿਹੜੀ ਹੈ ਵੱਖ ਵੱਖ ਥਾਵਾਂ 'ਤੇ ਹੋਈ ਹੈ। ਪਰ ਜੇਕਰ ਹੁਣ ਨਾਲ ਹੀ ਤੁਹਾਨੂੰ ਲੈ ਚੱਲੀਏ ਪਟਿਆਲਾ ਦੇ ਵਿੱਚ ਕਿ ਪਟਿਆਲਾ ਦੇ ਵਿੱਚ ਕਿੰਨੇ ਫੀਸਦੀ ਵੋਟਿੰਗ ਹੋਈ ਆ, ਇਹ ਵੀ ਤੁਹਾਨੂੰ ਦੱਸਾਂਗੇ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਸਰਹੱਦ ਸ਼ਹਿਰ ਦੇ ਦਸਨਾਮੀ ਅਖਾੜਾ ਬੂਥ ਵਿਖੇ ਸਵੇਰ ਦੇ ਸਮੇਂ ਤੋਂ ਹੀ ਵੋਟ ਪਾਉਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਨੌਜਵਾਨ, ਬਜ਼ੁਰਗ, ਔਰਤਾਂ ਅਤੇ ਮਰਦ ਵੋਟਰਾਂ ਵੱਲੋਂ ਲਾਈਨਾਂ ਦੇ ਵਿੱਚ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। 3 ਵਜੇ ਤੱਕ ਫਤਿਹਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਦੇ ਵਿੱਚ 45.55 ਫੀਸਦੀ ਵੋਟਾਂ ਪੈ ਚੁੱਕੀਆਂ। ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਬਾਲਮੀਕੀ ਨੇ ਗੁਰਦੁਆਰਾ ਸਾਹਿਬ ਅਤੇ ਮੰਦਰ ਵਿਖੇ ਮੱਥਾ ਟੇਕਣ ਉਪਰੰਤ ਸਰਹੱਦ ਮੰਡੀ ਪੋਲਿੰਗ ਬੂਥ ਵਿਖੇ ਆਪਣੀ ਵੋਟ ਪਾਈ। 3 ਵਜੇ ਤੱਕ ਫਤਿਹਗੜ੍ਹ ਸਾਹਿਬ ਦੇ ਲੋਕ ਸਭਾ ਖੇਤਰ ਦੇ ਵਿੱਚ 45.55 ਫੀਸਦੀ ਵੋਟਾਂ ਪੈ ਚੁੱਕੀਆਂ ਸੀ। ਇਸ ਦੇ ਨਾਲ ਹੀ ਬਸੀ ਪਠਾਣਾ ਦੇ ਵਿੱਚ 47.53 ਫੀਸਦੀ, ਫਤਿਹਗੜ੍ਹ ਸਾਹਿਬ ਦੇ ਵਿੱਚ 40 ਫੀਸਦੀ ਅਤੇ ਅਮਲੋਹ ਦੇ ਵਿੱਚ 48.80 ਫੀਸਦੀ, ਖੰਨਾ ਦੇ ਵਿੱਚ 45.0 ਫੀਸਦੀ, ਸਮਰਾਲਾ ਦੇ ਵਿੱਚ 46.40 ਫੀਸਦੀ, ਸਾਹਨੇਵਾਲ ਦੇ ਵਿੱਚ 39.50 ਫੀਸਦੀ ਅਤੇ ਪਾਇਲ ਦੇ ਵਿੱਚ 47.50 ਫੀਸਦੀ, ਰਾਏਕੋਟ ਵਿੱਚ 44 ਫੀਸਦੀ, ਅੰਮ੍ਰਿਤਗੜ੍ਹ ਦੇ ਵਿੱਚ 44.63 ਫੀਸਦੀ ਵੋਟਿੰਗ ਹੋ ਚੁੱਕੀ ਆ। ਅਤੇ ਦੱਸ ਦਈਏ ਕਿ ਲਗਾਤਾਰ ਇੱਥੇ ਵੋਟਿੰਗ ਦਾ ਅੰਕੜਾ ਜਿਹੜਾ ਸਾਹਮਣੇ ਆ ਰਿਹਾ ਕਿ ਕਿੰਨੇ ਫੀਸਦੀ ਵੋਟ 3 ਵਜੇ ਤੱਕ ਪਈ ਹੈ। ਪਰ ਨਾਲੇ ਤੁਹਾਨੂੰ ਇਹ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਇੱਕ ਵਾਰ ਤਾਂ ਜਿਹੜੀ ਆ ਵੋਟਿੰਗ ਦੇ ਉੱਤੇ ਰੋਕ ਜਿਹੀ ਲੱਗ ਗਈ ਸੀ, ਕਿਉਂਕਿ ਈਵੀਐਮ ਮਸ਼ੀਨਾਂ ਜਿਹੜੀਆਂ ਖਰਾਬ ਹੋ ਗਈਆਂ ਸਨ, ਜਿਸ ਦੇ ਚੱਲਦਿਆਂ ਲੋਕ ਖੱਜਲ ਖੁਆਰ ਹੋਣ ਲੱਗ ਪਏ ਸਨ। ਜਿਸ ਤੋਂ ਬਾਅਦ ਲੋਕ ਫਿਰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਦੇ ਲਈ ਪਹੁੰਚੇ ਅਤੇ ਲੋਕਾਂ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਦੱਸ ਦਈਏ ਕਿ ਲਗਾਤਾਰ ਵੋਟਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਲੋਕ ਜਿਹੜੇ ਨੇ ਬਠਿੰਡਾ ਨੂੰ ਪਹਿਲੇ ਨੰਬਰ 'ਤੇ ਲੈ ਆਏ ਸਨ, ਜਿਸ ਤੋਂ ਬਾਅਦ ਸੰਗਰੂਰ ਦੂਸਰੇ ਨੰਬਰ 'ਤੇ ਸੀਗਾ। ਅਤੇ ਗੱਲ ਕਰ ਲਈਏ ਜੇਕਰ ਬਾਕੀ ਜ਼ਿਲ੍ਹਿਆਂ ਦੀ, ਤਾਂ ਇੱਥੇ ਦੁਪਹਿਰ 1 ਵਜੇ ਤੱਕ ਅੰਮ੍ਰਿਤਸਰ ਦੇ ਵਿੱਚ 32.18 ਫੀਸਦੀ ਸੀ, ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 37.43 ਫੀਸਦੀ ਸੀ, ਫਰੀਦਕੋਟ ਦੇ ਵਿੱਚ 36.82 ਫੀਸਦੀ ਸੀ, ਫਤਿਹਗੜ੍ਹ ਸਾਹਿਬ ਦੇ ਵਿੱਚ 37.43 ਫੀਸਦੀ ਸੀ, ਫਿਰੋਜ਼ਪੁਰ ਦੇ ਵਿੱਚ 39.74 ਫੀਸਦੀ, ਗੁਰਦਾਸਪੁਰ ਦੇ ਵਿੱਚ 39.5 ਫੀਸਦੀ, ਹੁਸ਼ਿਆਰਪੁਰ ਦੇ ਵਿੱਚ 37.7 ਫੀਸਦੀ, ਜਲੰਧਰ ਦੇ ਵਿੱਚ 37.95 ਫੀਸਦੀ, ਖਡੂਰ ਸਾਹਿਬ ਦੇ ਵਿੱਚ 37.76 ਫੀਸਦੀ, ਲੁਧਿਆਣਾ ਦੇ ਵਿੱਚ ਗੱਲ ਕਰੀਏ ਤਾਂ 35.16 ਫੀਸਦੀ, ਪਟਿਆਲਾ ਦੇ ਵਿੱਚ 39.73 ਫੀਸਦੀ ਅਤੇ ਸੰਗਰੂਰ ਦੇ ਵਿੱਚ 39.85 ਫੀਸਦੀ ਵੋਟਿੰਗ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਵੋਟਾਂ ਪੈਣ ਦਾ ਕੰਮ ਸ਼ਾਮ 6 ਵਜੇ ਤੱਕ ਚੱਲਦਾ ਰਹੇਗਾ। ਜਿੱਥੇ ਸਭ ਦੀਆਂ ਨਜ਼ਰਾਂ ਪੋਲਿੰਗ ਬੂਥਾਂ 'ਤੇ ਟਿਕੀਆਂ ਹੋਈਆਂ ਸਨ, ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਸਨ। ਚੰਡੀਗੜ੍ਹ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੁਪਹਿਰ 3 ਵਜੇ ਤੱਕ 52.61 ਫੀਸਦੀ ਵੋਟਿੰਗ ਹੋ ਚੁੱਕੀ ਸੀ, ਜਦੋਂ ਕਿ ਦੁਪਹਿਰ 1 ਵਜੇ ਤੱਕ ਇਹ ਵੋਟ ਫੀਸਦੀ 40.14 ਸੀ, ਅਤੇ ਜੇਕਰ ਸ਼ੁਰੂਆਤੀ 4 ਘੰਟਿਆਂ ਦੀ ਗੱਲ ਕਰੀਏ ਤਾਂ 25.3 ਫੀਸਦੀ ਵੋਟਾਂ ਪਈਆਂ ਸਨ। ਲੋਕਾਂ ਵੱਲੋਂ ਅੱਤ ਦੀ ਗਰਮੀ 'ਚ ਵੀ ਪੋਲਿੰਗ ਬੂਥਾਂ 'ਤੇ ਆ ਕੇ ਵੋਟਾਂ ਪਾਈਆਂ ਜਾ ਰਹੀਆਂ ਸਨ। ਦੱਸ ਦਈਏ ਕਿ ਚੰਡੀਗੜ੍ਹ ਦੀਆਂ ਵੱਖ ਵੱਖ ਥਾਵਾਂ 'ਤੇ ਪੋਲਿੰਗ ਬੂਥ ਲਗਾਏ ਹੋਏ ਸਨ, ਜਿੱਥੇ ਕਿ ਲੋਕਾਂ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਸਨ। ਤਾਂ ਆਉਣ ਵਾਲੇ
4 ਜੂਨ ਨੂੰ ਕਿਸ ਦੇ ਹੱਕ ਦੇ ਵਿੱਚ ਫੈਸਲਾ ਹੋਵੇਗਾ, ਇਹ ਦੇਖਣਾ ਹੋਵੇਗਾ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜਦਾ। ਬਿਊਰੋ ਰਿਪੋਰਟ, ਹਮਦਰਦ ਟੀਵੀ।